ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਬੰਦ ਹੋਣ ਦੀ ਦੇਰ ਆ 10 ਸਾਲ ਦੇ ਵਿੱਚ ਵਿੱਚ ਹੀ ਦੁਬਾਰਾ ਤੋਂ ਸਾਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਪੰਥ ਨੂੰ ਕੌਮ ਨੂੰ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਇਹਨਾਂ ਸਲਤਨਤਾਂ ਨੇ ਜਕੜ ਕੇ ਰੱਖ ਦਿੱਤਾ ਸਿੱਖਾਂ ਦਾ ਆਉਣ ਵਾਲਾ 5-4 ਸਾਲ ਚੰਗੇ ਨਹੀਂ ਇਸ ਕਰਕੇ ਸਾਨੂੰ ਭਾਈ ਅਮਰਤਪਾਲ ਸਿੰਘ ਰੰ ਦਾ ਸਾਥ ਦੇਣਾ ਪੈਣਾ ਹੈ ਬਿਨਾ ਨੁਕਤਾ ਚੀਨੀ ਤੋਂ ਬਿਨਾ ਰੋਕ ਟੋਕ ਤੋਂ ਬਿਨਾ ਨੁਕਸਕਟਣ ਤੋਂ ਜਦੋਂ ਭਾਈ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਹੋਇਆ ਨੌਜਵਾਨਾਂ ਨੇ ਧਾਹਾ ਮਾਰ ਮਾਰ ਕੇ ਕਿਹਾ ਬਾਜਾ ਵਾਲਿਆ ਬਾਜਾ ਵਾਲਿਆ ਸਾਨੂੰ ਅਮਰਤ ਦੀ ਦਾਤ ਦੇ ਦੇ ਸਾਨੂੰ ਖੰਡੇ ਬਾਟੇ ਦੀ ਪੌਣ ਦੇ ਦੇ ਸਾਡੇ ਕਾਥਰੇ ਭਵਾ ਦੇ ਇਹ ਅੱਜ ਬਾਜਾਂ ਵਾਲਿਆਂ ਨੇ ਪਵਾ ਦਿੱਤੇ ਨੌਜਵਾਨਾਂ ਤੇ ਪਿਆਰ ਨੂੰ ਦੇਖਦੇ ਹੋਏ ਉਥਾਨ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਆਸ ਜਗਦੀ ਆਖਸ ਦੀ ਆਸਾ ਦੀ ਕਿਰਨ ਜਗਦੀ ਆ ਵੀ ਸ਼ਾਇਦ ਕਿਤੇ ਕੌਮ ਦਾ ਚੰਗਾ ਭਲਾ ਆਉਣ ਵਾਲਾ ਸਮਾ ਚੰਗਾ ਭਲਾ ਹੋਵੇ ਨਹੀਂ ਤੇ ਕੌਮ ਨੇ ਬਹੁਤ ਜ਼ਬਰ ਜ਼ੁਲਮ ਤੇ ਤਸੀਹੇ ਚੱਲੇ ਆ ਜੇ ਜਿੰਨੀਆਂ ਮਰਜ਼ੀ ਦੁਨਿਆਵੀ ਪਰਕ ਤਾਂ ਦੁਨਿਆਵੀ ਖੁਸ਼ੀਆਂ ਮਿਲ ਜਾਣ ਅਸੀਂ ਵਧਾਈਆਂ ਦਿੰਨੇ ਆ ਨਾ ਪਰ ਅੱਜ ਜਿਹੜੀ ਖੰਡੇ ਪਾਟੇ ਦੀ ਫੌਹਲ ਵਾਲੀ ਵਧਾਈ ਜਣਾ ਇਹਦੇ ਅੱਗੇ ਸਾਰੀ ਦੁਨਿਆਵੀ ਵਧਾਈਆਂ ਜਿਹੜੀਆਂ ਫੇਲਿਆ ਬੜਾ ਦੁੱਖ ਹੁੰਦਾ ਆ ਜਦੋਂ ਸਾਡੇ ਦੇਖਦੇ ਵਿੱਚ ਸਾਡੇ ਨਿਵਾਸ ਦੇ ਵਿੱਚ ਹੀ ਸਾਡੇ ਹੀ ਪ੍ਰਚਾਰਕ ਸਾਨੂੰ ਭੰਡਦੇ ਆ ਕਾਤਰ ਸਾਹਿਬ ਦੇ ਹੁਕਮਰਾਨ ਨੂੰ ਰੱਖਦੇ ਹੋਏ ਨਿਸ਼ਾਨ ਸਾਹਿਬ ਦੀ ਗਵਾਹੀ ਤੋਂ ਬਿਨਾ ਤੁਹਾਡਾ ਕਿਤੇ ਵੀ ਫਤਾ ਨਹੀਂ ਤੁਹਾਡੀ ਫਤੇ ਨਹੀਂ ਹੋਣੀ ਫਤੇ ਨਿਸ਼ਾਨ ਸਾਹਿਬ ਦੀ ਗਵਾਹੀ ਹੇਠਾਂ ਹੀ ਹੋਣੀ ਹੈ ਬੋਦੀ ਗਵਾਹੀ ਤੇ ਇੱਕ ਪਾਸੇ ਆ ਗਵਾਹੀ ਕਰਨ ਦੇ ਨਾਲ ਨਾਲ ਆ ਜਿਹੜਾ ਸਮਾਂ ਹੈ ਨਾ ਵਰਤਾਰਾ ਵਰਤ ਰਿਹਾ ਆ ਇਸ ਵਰਤਾਰੇ ਦੇ ਵਿੱਚ ਤੁਹਾਨੂੰ ਨਾਮ ਪਾਣੀ ਬੰਦਗੀ ਦੇ ਨਾਲ ਸਿਮਰਨ ਦੇ ਨਾਲ ਵੀ ਤੁਹਾਨੂੰ ਪੂਰਾ ਭਰਪੂਰ ਹੋਣਾ ਪੈਣਾ ਫਿਰ ਜਾ ਕੇ ਤੁਸੀਂ ਆਪਣੇ ਮਕਸਦ ਚ ਕੰਮ ਫਿਰ ਸਬੂਤੇ ਨੂੰ ਹਰਿਆ ਭਰਿਆ ਤੇ ਦੁਬਾਰਾ ਫੇਰ ਉੱਪਰ ਨੂੰ ਹਰਿਆ ਕਰਨ ਦੇ ਲਈ ਭਾਈ ਦੀਪ ਸਿੰਘ ਸਿੱਧੂ ਨੇ ਆਪਣੀ ਸ਼ਹਾਦਤ ਦੇ ਕੇ ਆਪਣੇ ਖੂਨ ਦਾ ਫਲਦਾਨ ਦੇ ਕੇ ਇਸ ਬੂਟੇ ਨੂੰ ਪਾਲਿਆ ਵਾ ਤੇ ਜਿਹਦੀ ਬਾਟੌਰ ਹੁਣ ਭਾਈ ਅਮਰਤਪਾਲ ਸਿੰਘ ਉਡਾਈ ਹੈ ਕੰਮ ਦਾ ਜਿਹੜੇ ਮਕਸਦ ਦਾ ਕੋਈ ਹਾਲ ਨਾ ਲੱਭੇ ਉਹਨੂੰ ਫਿਰ ਇਕੱਤਰ ਹੋ ਕੇ ਖੱਡੇ ਹੋ ਕੇ ਇੱਕ ਨਿਸ਼ਾਨ ਸਾਹਿਬ ਹਟਿਓ ਕੇ ਉਹਦਾ ਹਾਲ ਕੱਢਿਆ ਜਾਂਦਾ ਆ ਜਿੰਨਾ ਸਦਾ ਉਹ ਹੀ ਜਿਹੜੇ ਛਡੇਣ ਤੇ ਰਹਿਣ ਮਾਈ ਹੈ 40 ਸਾਲ ਰਾਜ ਕੀਤਾ ਇਥੋਂ ਨਹੀਂ ਖੈਬਰ ਤੱਕ ਅਫਗਾਨ ਤੱਕ ਕਾਬਲ ਕੰਦਾਰ ਤੱਕ ਰਾਜ ਰਿਹਾ ਜਿਹੜਾ ਹੈ ਜਿੰਨੀ ਮਰਜ਼ੀ ਕੋਈ ਕੋਸ਼ਿਸ਼ਾਂ ਕਰ ਲੈ ਕਿੰਨੇ ਕੁ ਮਗਾਉਣਗੇ ਕਿੰਨੇ ਕਰ ਜੇ ਇੱਕ ਦੀਪ ਸੁੱਤਾ ਤੇ ਹਜ਼ਾਰਾਂ ਦੀ ਗਿਰਦੀ ਵਿੱਚ ਦੀਪ ਜਾਗੇ ਖਾਲਸੇ ਦੀ ਜਨਮ ਭੂਮੀ ਤਖਤ ਸੱਚਖੰਡ ਸ੍ਰੀ ਕੇਸਗੜ੍ਹ ਸਾਹਿਬ ਦਸ਼ਮੇਸ਼ ਹਾਲ ਚ ਮਨ ਬਿਰਤੀਆਂ ਇਕਾਗਰ ਕਰਕੇ ਲੰਬੇ ਸਮੇਂ ਤੋਂ ਤਕਰੀਬਨ ਰਾਤਰੀ ਦੇ ਦੀਵਾਨਾਂ ਤੋਂ ਜੁੜ ਬੈਠੇ ਸਾਧ ਸੰਗੀ ਜਣੋ ਆਓ ਕੁਝ ਕੁ ਗੁਰਮਤ ਵਿਚਾਰਾਂ ਦੀ ਅਰੰਭਤਾ ਕਰਨ ਤੋਂ ਪਹਿਲਾਂ ਗੁਰੂ ਕਲਗੀ ਤਰਪਤਾ ਦੇ ਖਾਲਸੇ ਦੀ ਜਨਮ ਭੂਮੀ ਨੂੰ ਲਗਾਓ ਹਾਜ਼ਰੀ ਗੱਜ ਕੇ ਆਖੋ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੁਝ ਕੁ ਸਮੇਂ ਤੱਕ ਕਹੋਂ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਜ਼ਾਰਾਂ ਲੱਖਾਂ ਮਾਮਾਂ ਦੇ ਬਜ਼ੁਰਗਾਂ ਦੇ ਮਹਾਪੁਰਖਾਂ ਦੇ ਅਸ਼ੀਰਵਾਦ ਦੇ ਰਹਿਨਮਾਈ ਹੇਠ ਕੌਮ ਦੀ ਅਗਵਾਈ ਕਰਨ ਦੇ ਲਈ ਧੁਰਤੋ ਮੈਂ ਕਹੂੰਗਾ ਧੁਰਤੋ ਧੁਰਤੋ ਅਗਵਾਈ ਕਰਨ ਦੀ ਸੇਵਾ ਲੱਗੀ ਹੈ ਭਾਈ ਅਮਰਤਪਾਲ ਸਿੰਘ ਰਾਹੀਂ ਇਨਸਾਨ ਦੇ ਹੱਥ ਨਹੀਂ ਕਿ ਕਿਸੇ ਨੂੰ ਸ਼ੋਹਰਤ ਦੇ ਦੇ ਕਿਸੇ ਨੂੰ ਗੁਰਗੱਦੀ ਦੇ ਦੇ ਕਿਸੇ ਨੂੰ ਕਿਸੇ ਮੁਖੀ ਦਾ ਥਾਪੜਾ ਦੇ ਦੇ ਜਾਂ ਕੋਈ ਗੱਦੀ ਦੇ ਦੇ ਇਹ ਤੁਰ ਦਰਗਾਹ ਤੋਂ ਸੇਵਾਵਾਂ ਲਗਦੀਆਂ ਨੇ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਲਗੀਆਂ ਨੇ ਸੋਏ ਹਜ਼ਾਰਾਂ ਸੰਗਤਾਂ ਦਾ ਠਾਠਾ ਮਾਰਦਾ ਘਟ ਦੱਸਦਾ ਆ ਪਿੱ ਕੌਮ ਨੂੰ ਲੰਬੇ ਸਮੇਂ ਤੋਂ ਜਿਹੜੇ ਜ਼ਖਮਾਂ ਤੋਂ ਜਿਹੜੀ ਗੁਲਾਮੀ ਦੀਆਂ ਜ਼ੰਜੀਰਾਂ ਚ ਕੌਮ ਜਕੜੀ ਹੋਈ ਸੀ ਉਹ ਕੌਮ ਜਿਹੜੀ ਕੌਮ ਨੇ 40 ਸਾਲ ਦਾ ਰਾਜ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਰਾਜ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਬੰਦ ਹੋਣ ਦੀ ਦੇਰ ਆ 10 ਸਾਲ ਦੇ ਵਿੱਚ ਵਿੱਚ ਹੀ ਦੁਬਾਰਾ ਤੋਂ ਸਾਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਪੰਥ ਨੂੰ ਕੌਮ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਇਹਨਾਂ ਸਲਤਨਤਾਂ ਨੇ ਜਕੜ ਕੇ ਰੱਖ ਦਿੱਤਾ ਅੱਜ ਉਸੇ ਗੁਲਾਮੀ ਦੀਆਂ ਜ਼ੰਜੀਰਾਂ ਦਾ ਆਜ਼ਾਦ ਕਰਾਉਣ ਦੀ ਨੀਤੀ ਨੂੰ ਰੱਖਦੇ ਹੋਏ ਭਾਈ ਅਮਰਤਪਾਲ ਸਿੰਘ ਰਾਣੇ ਹਾ ਦਾ ਨਾਰਾ ਮਾਰਿਆ ਹਕੂਮਤ ਦੇ ਖਿਲਾਫ ਉਹਨਾਂ ਦੇ ਅਤਿਆਚਾਰ ਦੇ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਜਿਹੜੇ ਹੋਰ ਇੱਤਿਆਚਾਨ ਸੱਚ ਹੱਕ ਦੀ ਆਵਾਜ਼ ਬੁਲੰਦ ਕਰਨ ਦੇ ਲਈ ਪੰਜਾਬ ਤੋਂ ਸਿੱਖ ਕੌਮ ਦੀ ਅਗਵਾਈ ਦਾ ਥਾਪੜਾ ਲੈਣ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਉੱਚੇ ਤੇ ਸੁੱਚੇ ਸੱਚਖੰਡ ਦਰਬਾਰ ਚ ਅਸ਼ੀਰਵਾਦ ਲੈਣੇ ਨੌਜਵਾਨਾਂ ਤੇ ਪਿਆਰ ਨੂੰ ਦੇਖਦੇ ਹੋਏ ਉਤਸ਼ਾਹ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਆਸ ਜਾਗੀ ਆ ਅੱਖਸ ਦੀ ਆਸਾ ਦੀ ਕਿਰਨ ਜਾਗੀ ਆ ਵੀ ਸ਼ਾਇਦ ਕਿਤੇ ਕੌਮ ਦਾ ਚੰਗਾ ਭਲਾ ਆਉਣ ਵਾਲਾ ਸਮਾ ਚੰਗਾ ਭਲਾ ਹੋਵੇ ਨਹੀਂ ਤੇ ਕੌਮ ਨੇ ਬਹੁਤ ਜ਼ਬਰ ਜ਼ੁਲਮ ਤੇ ਤਸੀਹੇ ਚੱਲੇ ਆ ਸਿੱਖਾਂ ਦਾ ਆਉਣ ਵਾਲਾ ਪੰਜ ਚਾਰ ਸਾਲ ਚੰਗੇ ਨਹੀਂ ਇਸ ਕਰਕੇ ਸਾਨੂੰ ਭਾਈ ਅਮਰਤਪਾਲ ਸਿੰਘ ਰੰ ਦਾ ਸਾਥ ਦੇਣਾ ਪੈਣਾ ਹੈ ਬਿਨਾ ਨੁਕਤਾ ਚੀਨੀ ਤੋਂ ਬਿਨਾ ਰੋਕ ਟੋਕ ਤੋਂ ਬਿਨਾ ਨੁਕਸ ਕੱਢਣ ਤੋਂ ਐਸ ਵਕਤ ਜਿਹੜਾ ਆਗੂ ਜਿਹੜਾ ਇਨਸਾਨ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣ ਦੀ ਗੱਲ ਕਰਦਾ ਆਜ਼ਾਦ ਕਰਾਉਣ ਦੀ ਜਿਹੜਾ ਗੱਲ ਕਰਦਾ ਹੈ ਆਪਣੇ ਘਰ ਦੀ ਜਿਹੜਾ ਗੱਲ ਕਰਦਾ ਹੈ ਆਪਣਾ ਅਸਲ ਕਰ ਅਨੰਦਪੁਰ ਸਾਹਿਬ ਦੀ ਤੇ ਨੌਜਵਾਨਾਂ ਨੂੰ ਪਰਤਨ ਦਾ ਸੱਦਾ ਦਿੰਦਾ ਆ ਜਿਹੜਾ ਗੱਲ ਕਰਦਾ ਖੰਡੇ ਪਾਟੇ ਦੀ ਪੋੜ ਦੀ ਉਹ ਭਰਾਓ ਤੱਤੀਆਂ ਗੱਲਾਂ ਵਾਲਾ ਕਿੱਦਾਂ ਹੋ ਸਕਦਾ ਉਹ ਆਰਐਸਐਸ ਦਾ ਕਿਵੇਂ ਹੋ ਸਕਦਾ ਸੋ ਬੜਾ ਦੁੱਖ ਹੁੰਦਾ ਆ ਜਦੋਂ ਸਾਡੇ ਦੇਖ ਦੇ ਵਿੱਚ ਸਾਡੇ ਲਿਬਾਸ ਦੇ ਵਿੱਚ ਹੀ ਸਾਡੇ ਹੀ ਪ੍ਰਚਾਰਕ ਸਾਨੂੰ ਭੰਡਦੇ ਆ ਉਹੀ ਜਿਹੜੇ 7-8 ਮਹੀਨੇ ਪਹਿਲਾਂ ਭਾਈ ਸੰਦੀਪ ਸਿੰਘ ਭਾਈ ਦੀਪ ਸਿੱਧੂ ਨੂੰ ਸਟੇਜਾਂ ਤੋਂ ਗਦਾਰਾਂ ਦੇ ਸਰਟੀਫਿਕੇਟ ਦਿੱਤੇ ਇਹ ਗਦਾਰਾਂ ਦੇ ਸਰਟੀਫਿਕੇਟ ਕਿਸੇ ਨੇ ਜੇਬ 'ਚ ਪਾਏ ਆ ਵੀ ਜਦੋਂ ਦਿਲ ਕੀਤਾ ਉਦੋਂ ਦੇ ਦਿੱਤੇ ਪਰ ਇਹ ਮਤ ਜਾਣਿਓ ਸਾਡੇ ਕਹਿਣ ਦੇ ਨਾਲ ਕੁਝ ਹੋ ਜਾਣਾ ਜਾਂ ਜਿਹੜੇ ਤੋਂਮਤਾਂ ਲਾਉਂਦੇ ਆ ਇਹ ਧੁਰਦਰਗਾਹ ਤੋਂ ਡਿਊਟੀਆਂ ਲੱਗੀਆਂ ਆ ਚਾਹੇ ਜਿੰਨੀ ਮਰਜ਼ੀ ਕੋਈ ਕੋਸ਼ਿਸ਼ਾਂ ਕਰ ਲੈ ਕਿੰਨੇ ਕ ਮਗਾਉਣਗੇ ਕਿੰਨੇ ਕ ਜੇ ਇੱਕ ਦੀਵ ਸੁੱਤਾ ਤੇ ਹਜ਼ਾਰਾਂ ਦੀ ਗਿਰਦੀ ਵਿੱਚ ਦੀਪ ਜਾਗ ਪਏ ਕਿੰਨੇ ਕ ਆਵਾਜ਼ਾਂ ਨੂੰ ਬੁਲੰਦ ਕਰੋਗੇ ਇੱਕ ਆਵਾਜ਼ ਨੂੰ ਬੁਲੰਦ ਕਰੋਗੇ ਹਜ਼ਾਰਾਂ ਆਵਾਜ਼ਾਂ ਜਿਹੜੀਆਂ ਫੇਰ ਉੱਠ ਜਾਣੀਆਂ ਬਗਾਵਤ ਨੂੰ ਬਗਾਵਤ ਨੂੰ ਲੈ ਕੇ ਜਦੋਂ ਭਾਈ ਸੰਦੀਪ ਸਿੰਘ ਸਿੱਧੂ ਦਾ ਜਦੋਂ ਭਾਈ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਹੋਇਆ ਨੌਜਵਾਨਾਂ ਨੇ ਧਾਹਾ ਮਾਰ-ਮਾਰ ਕੇ ਕਿਹਾ ਬਾਜਾਂ ਵਾਲਿਆ ਬਾਜਾਂ ਵਾਲਿਆ ਸਾਨੂੰ ਅਮਰਤ ਦੀ ਦਾਤ ਦੇ ਦੇ ਸਾਨੂੰ ਖੰਡੇ ਬਾਟੇ ਦੀ ਪੌਣ ਦੇ ਦੇ ਸਾਡੇ ਗਾਥਰੇ ਪਵਾ ਦੇ ਇਹ ਅੱਜ ਬਾਜਾਂ ਵਾਲਿਆਂ ਨੇ ਪਵਾ ਦਿੱਤੇ ਹੁਣ ਸਮਾਂ ਆ ਕੁਝ ਇੱਕ ਸਮੇਂ ਤੋਂ ਇੰਨੀ ਕਿਰਪਾ ਵਾਪਰਦੀ ਹੈ ਨਾ ਇੰਨੀ ਕਿਰਪਾ ਵਰਤਰੀ ਆ ਕੌਮ ਡੁੱਬੀ ਹੋਈ ਕੌਮ ਬਿਨਾ ਆਸਾਂ ਦੀ ਕਿਰਨ ਤੋਂ ਲੈ ਕੇ ਜਿਹਦੀਆਂ ਆਸਾਂ ਦੇ ਪਾਣੀ ਫੇਰ ਚੁੱਕਾ ਸੀ ਜਿਹੜੀ ਕੌਮ ਨੂੰ ਭਰੋਸਾ ਟੁੱਟ ਚੁੱਕਾ ਸੀ ਸਾਡੇ ਵਿੱਚ ਹੀ ਵੜ ਕੇ ਜਿਹੜੇ ਪਿੱਟ 'ਚ ਛੁਰੇ ਖੋਬੇ ਤੇ ਕੌਮ ਤੇ ਨੌਜਵਾਨੀ ਘਰਾਂ ਦੇ ਵਿੱਚ ਬੈਠੀ ਸੀ ਪੀ ਕੋਈ ਆਵੇਗਾ ਕੋਈ ਆਏ ਗੇਹ ਕੋ ਗਾਹੀ ਕੋਈ ਆਉ ਮਿਲੇ ਗੋ ਗਾਹੀ ਲੈ ਕੇ ਮਹਿੰਗੇ ਮੋਲ ਗੁਰਬਾਣੀ ਦਾ ਫਰਮਾਨ ਆ ਇਹ ਕੋਈ ਸੌਦਾ ਸਸਤਾ ਨਹੀਂ ਆ ਇਹ ਖੰਡਿਓ ਤਿੱਖੀ ਵਾਲਿਓ ਨਿੱਕੀ ਏਤ ਮਾਰ ਕੇ ਜਾਣਾ ਇਹ ਸਸਤਾ ਨਹੀਂ ਕਹਿ ਦੇਣਾ ਸੋਕਾ ਕੋਈ ਆਏ ਮਿਲੇ ਗੋ ਗਾਹੀ ਲਹਿੰਗੇ ਮਹਿੰਗੇ ਮੋੜ ਉਹ ਮਹਿੰਗਾ ਮੁੱਲ ਕਿਹੜਾ ਆ ਉਹ ਮਹਿੰਗਾ ਬੋਲਿਓ ਹੋਈ ਜਿਹੜਾ ਭਾਈ ਅਮਰਤਬਾਲ ਸਿੰਘ ਰਾਣੇ ਖਿਆਵਾ ਆ ਸੀਸ ਤੇ ਸਿਰ ਧਰ ਕੇ ਤੇ ਫਿਰ ਜੂਜਣਾ ਆ ਤੇ ਉਸ ਤੋਂ ਪਹਿਲਾਂ ਇਹ ਸੀਸ ਗੁਰੂ ਗ੍ਰੰਥ ਸਾਹਿਬ ਜੀ ਦੇ ਭੇਟ ਕਰਨਾ ਆ ਤੇ ਅੱਜ ਵਧਾਈ ਦੇ ਪਾਤਰ ਨੇ ਭਾਵੇਂ ਕੋਈ 40 ਲੱਖ ਦੀ ਗੱਡੀ ਲੈ ਲੇ ਭਾਵੇਂ ਕੋਈ ਅਰਬਾ ਖਰਬ ਰੁਪਿਆ ਲੈ ਲੇ ਭਾਵੇਂ ਕੋਈ ਵਿਦੇਸ਼ਾਂ ਦੀ ਸਿਟੀਜ਼ਨਸ਼ਿਪ ਲੈ ਲੇ ਭਾਵੇਂ ਜਿੰਨੀਆਂ ਮਰਜੀ ਦੁਨਿਆਵੀ ਬਰਕਤਾਂ ਦੁਨਿਆਵੀ ਖੁਸ਼ੀਆਂ ਮਿਲ ਜਾਣ ਅਸੀਂ ਵਧਾਈਆਂ ਦਿੰਨੇ ਆ ਨਾ ਪਰ ਅੱਜ ਜਿਹੜੀ ਖੰਡੇ ਬਾਟੇ ਦੀ ਪੌਹਲ ਵਾਲੀ ਵਧਾਈ ਜਣਾ ਇਹਦੇ ਅੱਗੇ ਸਾਰੀ ਦੁਨਿਆਵੀ ਵਧਾਈਆਂ ਜਿਹੜੀਆਂ ਫੇਲਿਆ ਅੱਜ ਕੌਮ ਦੀ ਆਸਤੇ ਜਿਹੜੇ ਸਿੱਖੀ ਦੇ ਬੂਟੇ ਨੂੰ ਜਿਹੜੇ ਘਰ ਦੇ ਬੂਟੇ ਨੂੰ ਸਾਡੇ ਸ਼ਹੀਦਾਂ ਨੇ ਤੇ ਸੰਤ ਬਾਬਾ ਜਰਨੈਲ ਸਿੱਖ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਯੋਧੇ ਜਰਨੈਲ ਨੇ ਧੜਕ ਸੂਰਮੇ ਜਿਨ੍ਹਾਂ ਨੇ ਖੂਨ ਦਾ ਛੱਟਾ ਦੇ ਦੇ ਕੇ ਇਸ ਇਸ ਰੁੱਖ ਨੂੰ ਪਾਲਿਆ ਸੀ ਸਾਡਿਆਂ ਨੇ ਆਪਣਿਆਂ ਨੇ ਸਾਡਿਆਂ ਆਪਣਿਆਂ ਨੇ ਇਸ ਬੂਟੇ ਨੂੰ ਕੱਟਣ ਵਡਣ ਦੀ ਯਰਤ ਕੀਤੀ ਪਤਾ ਨਹੀਂ ਕਿੰਨੀ ਵਾਰੀ ਕਦੀ 78 ਦੇ ਸਾਕੇ ਵਿੱਚ ਸਾਡਾ ਬੂਟਾ ਕਟਿਆ 84 ਦੇ ਵਿੱਚ 70 ਦੇ ਵਿੱਚ ਤੇ ਕਦੀ 220 ਕਦੀ 222 ਆ ਕਿਸਾਨੀ ਮੋਰਚਾ ਵੀ ਉਹਦੇ ਵਿੱਚੋਂ ਹੀ ਨਿਕਲਿਆ ਭਾਵੇਂ ਕੋਈ ਜੋ ਮਰਜੀ ਸਮਝੇ ਪਰ ਇਸ ਬੂਟੇ ਨੂੰ ਹਰਿਆ ਭਰਿਆ ਤੇ ਦੁਬਾਰਾ ਫੇਰ ਉੱਪਰ ਨੂੰ ਹਰਿਆ ਕਰਨ ਦੇ ਲਈ ਭਾਈ ਦੀਪ ਸਿੰਘ ਸਿੱਧੂ ਨੇ ਆਪਣੀ ਸ਼ਹਾਦਤ ਦੇ ਕੇ ਆਪਣੇ ਖੂਨ ਦਾ ਬਲਦਾਨ ਦੇ ਕੇ ਇਸ ਬੂਟੇ ਨੂੰ ਪਾਲਿਆ ਵਾ ਤੇ ਜਿਹਦੀ ਵਾਗਦੋਰ ਹੁਣ ਭਾਈ ਅਮਰਤਪਾਲ ਸਿੰਘ ਉਲਾਈ ਆ ਹੁਣ ਇਸ ਵਾਗਦੋਰ ਨੂੰ ਇਹ ਨਹੀਂ ਵੀ ਭਾਈ ਅਮਰਤਪਾਲ ਸਿੰਘ ਇਕੱਲੇ ਅਗਵਾਈ ਤੇ ਜਰੂਰ ਇੱਕ ਇੱਕ ਜੋਦਾ ਕਰਦਾ ਆ ਪਰ ਕੌਮ ਨੂੰ ਸਾਥ ਦੇਣਾ ਪੈਣਾ ਨੌਜਵਾਨਾਂ ਨੂੰ ਸਾਥ ਦੇਣਾ ਪੈਣਾ ਭਾਈ ਕਹਿੰਦੇ ਵੀ ਮੈਂ ਕੋਈ ਆਗੂ ਨਹੀਂ ਮੈਂ ਜਰਨੈਲ ਨਹੀਂ ਮੈਂ ਕੋਈ ਮੁਖੀ ਨਹੀਂ ਉਹ ਕਹਿੰਦੇ ਵੀ ਮੈਂ ਤੁਹਾਡਾ ਛੋਟਾ ਭਰਾ ਆ ਜਿਹੜਾ ਆਗੂ ਸਾਨੂੰ ਭਰਾ ਤੇ ਮਾਵਾਂ ਦਾ ਪੁੱਤ ਤੇ ਬਜ਼ੁਰਗਾਂ ਦਾ ਅਸ਼ੀਰਵਾਦ ਲੈ ਕੇ ਤੇ ਕੌਮ ਦੀ ਅਗਵਾਈ ਕਰਨ ਤੁਰਿਆ ਆ ਤੇ ਸਾਰੀ ਕੌਮ ਨੂੰ ਕੀ ਮੈਂ ਕਹਿੰਨਾ ਸਾਰੇ ਭਾਈਚਾਰਿਆਂ ਨੂੰ ਸਾਥ ਦੇਣਾ ਚਾਹੀਦਾ ਆ ਕਿਉਂਕਿ ਗੱਲ ਕੱਲੇ ਸਿੱਖਾਂ ਦੀ ਨਹੀਂ ਗੱਲ ਇੱਥੇ ਆ ਹੋੰਦ ਦੀ ਹੋੰਦ ਦੇ ਵਿੱਚ ਭਾਵੇਂ ਇੱਥੋਂ ਤੱਕ ਵੀ ਕਹਿ ਦਿੱਤਾ ਆ ਭਾਵੇਂ ਕੋਈ ਵੀ ਭਾਈਚਾਰਾ ਵਾ ਕਿਸੇ ਵੀ ਧਰਮ ਮਤ ਭੇਤੋ ਰੱਖਦਾ ਆ ਬਾਅਦਸ ਪੰਜਾਬ ਦੀ ਜਿੱਥੇ ਬੰਦੀ ਤੇ ਭਾਈ ਅੰਮ੍ਰਿਤਪਾਲ ਸਿੰਘ ਰਾਦੇ ਇਹੋ ਹੀ ਆ ਕਿ ਸਾਰਿਆਂ ਦਾ ਪੂਰਾ ਸਾਥ ਦਿੱਤਾ ਜਾਵੇਗਾ ਸਾਰਿਆਂ ਨੂੰ ਕਲਾਵੇ ਚ ਲੈ ਕੇ ਤੇ ਇਕਤਾ ਦਾ ਝੰਡਾ ਜਿਹੜਾ ਕਾਇਮ ਕੀਤਾ ਜਾਵੇਗਾ ਤੇ ਭਰਾਓ ਹੁਣ ਜਿਹੜਾ ਸਮਾਂ ਆ ਇਹ ਧੜਿਆਂ ਬਾਜ਼ੀਆਂ ਵਾਲੀਆਂ ਨਹੀਂ ਇਹ ਸਮਾਂ ਵਖਰੇਵੇਂ ਪਾਉਣ ਵਾਲਾ ਨਹੀਂ ਇਹ ਸਮੇ ਵਖਰੇ ਵਖਰੇ ਪੜਾਵਾਂ ਵਾਲਾ ਨਹੀਂ ਇਹ ਜਿਹੜਾ ਸਮਾਂ ਆ ਇਹ ਸ਼੍ਰੀ ਅਕ ਨਿਸ਼ਾਨ ਸਾਹਿਬ ਦੀ ਇਕਤਰਤਾ ਨੂੰ ਲੈ ਕੇ ਉਸ ਕੇਸਰੀ ਨਿਸ਼ਾਨ ਸਾਹਿਬ ਦੀ ਥੱਲੇ ਝੰਡੇ ਦੇ ਥੱਲੇ ਇਕੱਤਰ ਹੋ ਜੋ ਜਿਹੜਾ ਜਿਹੜਾ ਉਸ ਨਿਸ਼ਾਨ ਸਾਹਿਬ ਦੇ ਝੰਡੇ ਦੀ ਛਾਂ ਦੇ ਹੇਠ ਆ ਗਿਆ ਉਹਨੂੰ ਫਿਰ ਗੁਰੂ ਕਲਗੀ ਤਰ ਪਿਤਾ ਤੱਤੀ ਬਾਹਵ ਨਹੀਂ ਲੱਗਣ ਦਵੇਗਾ ਇਹ ਤੁਹਾਨੂੰ ਵਿਸ਼ਵਾਸ ਕਰਨਾ ਪੈਣਾ ਹੈ ਅਕਾਲ ਤਖਤ ਸਾਹਿਬ ਦੇ ਹੁਕਮਰਾਨ ਨੂੰ ਰੱਖਦੇ ਹੋਏ ਨਿਸ਼ਾਨ ਸਾਹਿਬ ਦੀ ਗਵਾਹੀ ਤੋਂ ਬਿਨਾਂ ਤੁਹਾਡਾ ਕਿਤੇ ਵੀ ਫਤਾ ਨਹੀਂ ਤੁਹਾਡੀ ਫਤੇ ਨਹੀਂ ਹੋਣੀ ਫਤੇ ਨਿਸ਼ਾਨ ਸਾਹਿਬ ਦੀ ਗਵਾਹੀ ਹੇਠਾਂ ਹੀ ਹੋਣੀ ਹੈ ਤੇ ਮੈਂ ਤੇ ਦੂਜੇ ਭਰਾਵਾਂ ਨੂੰ ਵੀ ਸੱਦਾ ਦਿਨਾ ਤੇ ਜਿਹੜੇ ਭਰਾ ਆਪ ਆਪਣੇ ਝੰਡੇ ਫੜ ਕੇ ਤੁਰੇ ਫਿਰਦੇ ਆ ਕਦੀ ਕਿਤੇ ਧਰਨਾ ਲਾ ਲਿਓ ਉਹ ਭਰਾਓ ਇਹ ਝੰਡੇ ਨੇ ਤੁਹਾਨੂੰ ਕੁਝ ਨਹੀਂ ਉਹ ਦੇਣਾ ਝੰਡਾ ਸਾਡਾ ਉਹ ਹੀ ਜਿਹੜੇ ਝੰਡੇ ਨੇ ਰਹਿਣ ਮਾਈ ਹੇਠ 40 ਸਾਲ ਰਾਜ ਕੀਤਾ ਇਥੋਂ ਨਹੀਂ ਖੈਬਰ ਤੱਕ ਅਫਗਾਨ ਤੱਕ ਕਾਬਲ ਕੰਧਾਰ ਤੱਕ ਰਾਜ ਰਿਆ ਮੁਗਲਿਆ ਸਲਤਨਤ ਨੂੰ ਭਾਜੜਾ ਪਾਈਆਂ ਜਾਲਮਾਂ ਦੀਆਂ ਫਾਈਆਂ ਪੱਟੀਆਂ ਚੋਟੀ ਦੇ ਜਰਨੈਲ ਸਰਦਾਰ ਹਲੀ ਸਿੰਘ ਨਲੂਏ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਵਰਗੇ ਨਵਾਬ ਕਪੂਰ ਸਿੰਘ ਵਰਗੇ ਉਹ ਜਦੋਂ ਇਹੋ ਜਿਹੇ ਧੜਕ ਯੋਧੇ ਸਾਡੇ ਹੱਥੋਂ ਚਲੇ ਗਏ ਫਿਰ ਸਾਡਾ ਰਾਜ ਵੀ ਸਾਡੇ ਕੋਲੋਂ ਖੁੱਸਦਾ ਗਿਆ ਬੜੇ ਲੰਮੇ ਸਮੇਂ ਬਾਅਦ ਇੱਕ ਆਸਾ ਦੀ ਕਿਰਨ ਜਾਗੀ ਆ ਨਦੀ ਨਾਮ ਸੰਜੋਗੀ ਮੇਲੇ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋਲੇ ਬਲਾਈ ਮਹਾਰਾਜ ਦਾ ਵੀ ਫਰਮਾਨ ਆ ਮਹਾਰਾਜ ਕਹਿੰਦੇ ਜਿਹੜੇ ਕੰਮ ਦਾ ਜਿਹੜੇ ਮਕਸਦ ਦਾ ਕੋਈ ਹੱਲ ਨਾ ਲੱਭੇ ਉਹਨੂੰ ਫਿਰ ਇਕੱਤਰ ਹੋ ਕੇ ਇਕੱਠੇ ਹੋ ਕੇ ਇੱਕ ਨਿਸ਼ਾਨ ਸਾਹਿਬ ਹਤੇ ਹੋ ਕੇ ਉਹਦਾ ਹੱਲ ਕੱਢਿਆ ਜਾਂਦਾ ਆ ਸਤਿਗੁਰਾਂ ਅੱਗੇ ਸਤਿਗੁਰ ਜਾਗਤਾ ਹੈ ਦੇਹੋ ਜੂੰਦਾ ਜਾਗਦਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਦਸਾਂ ਗੁਰੂਆਂ ਦੀ ਟੇ ਉਹ ਜੋਤ ਉਹਨੂੰ ਕਿੰਨੇ ਆ ਕਹਿਣ ਦੇ ਨਾਲ ਨਹੀਂ ਹੋਣਾ ਨਤਮਸਤ ਗੁਰੂ ਸਾਹਿਬ ਦੇ ਅੱਗੇ ਹੁੰਨੇ ਆ ਨਾ ਆਪਾਂ ਪਰ ਗੁਰੂ ਤੋਂ ਵੱਡਾ ਕੋਈ ਨਹੀਂ ਜੀ ਮਹਾਰਾਜ ਕਹਿੰਦੇ ਵੀ ਕੌਮ ਦੀ ਅਗਵਾਈ ਤੇ ਇੱਕ ਪਾਸੇ ਆ ਅਗਵਾਈ ਕਰਨ ਦੇ ਨਾਲ ਨਾਲ ਆ ਜਿਹੜਾ ਸਮਾਂ ਹੈ ਨਾ ਵਰਤਾਰਾ ਵਰਤ ਰਿਹਾ ਆ ਇਸ ਵਰਤਾਰੇ ਦੇ ਵਿੱਚ ਤੁਹਾਨੂੰ ਨਾਮ ਬਾਣੀ ਬੰਦਗੀ ਦੇ ਨਾਲ ਸਿਮਰਨ ਦੇ ਨਾਲ ਵੀ ਤੁਹਾਨੂੰ ਪੂਰਾ ਭਰਪੂਰ ਹੋਣਾ ਪੈਣਾ ਫੇਰ ਜਾ ਕੇ ਤੁਸੀਂ ਆਪਣੇ ਮਕਸਦ 'ਚ ਕੰਮ ਜਪਣਾ ਸਾਡਾ ਮਕਸਦ ਕਿਸੇ ਨੂੰ ਨੀਵਾ ਦਿਖਾਉਣਾ ਨਹੀਂ ਸਾਡਾ ਮਕਸਦ ਕਿਸੇ ਤੇ ਅਤਿਆਚਾਰ ਨਹੀਂ ਕਰਨਾ ਸਾਡਾ ਮਕਸਦ ਕਿਸੇ ਤੇ ਤੋਂਮਤਾ ਲਾਉਣੀ ਨਹੀਂ ਸਿੱਖੀ ਦੇ ਅਨਕੂਲ ਸਿੱਖੀ ਦੇ ਸਿਧਾਂਤਾਂ ਨੂੰ ਜਾਣੀਏ ਸਿੱਖੀ ਦੇ ਸਿਧਾਂਤ ਕਹਿੰਦੇ ਆ ਕਿ ਸਾਰੇ ਏਕ ਪਿਤਾ ਏਕ ਸਕੇ ਹਮਬਾਰਕ ਚੌ ਵਰਨਾ ਕੋ ਅਵਦੇ ਸਾਂਝਾ ਰਾਹ ਦੋਵੇਂ ਖਸਮ ਇੱਕ ਕਿੱਥੇ ਕਿੱਥੇ ਮਾਰ ਆਏ ਨੇ ਗੁਰਬਾਣੀ ਦੇ ਫਰਮਾਨ ਕੀਤੇ ਆ ਸਾਡੀ ਵਿਚਾਰਤਾ ਰ ਗਲਤ ਹੋ ਸਕਦੀ ਆ ਪਰ ਗੁਰਬਾਣੀ ਦਾ ਕਦੇ ਵੀ ਨਿਚੋੜ ਗਲਤ ਨਾ ਕਢੀਏ ਚੰਗੀ ਡੈਫੀਨੇਸ਼ਨ ਉਹਦੀ ਚੰਗੀ ਜਿਹੜੀ ਵਿਆਖਿਆ ਦਸੀਏ ਪ੍ਰਚਾਰਕਾਂ ਅੱਗੇ ਵੀ ਇਹੋ ਬੇਨਤੀ ਆ ਤੇ ਗੁਰਬਾਣੀ ਦਾ ਵਿਆਖਿਆ ਉਹ ਸੰਸਾਰ ਕਰਿਆ ਕਰੀਏ ਜਿਹੜੀ ਵਿਸ਼ੇ ਵਿਆਖਿਆ ਗੁਰੂ ਸਾਹਿਬ ਨੇ ਅਸਲ ਰੂਪ ਚ ਕੀਤੀ ਆ ਗੁਰਬਾਣੀ ਦੀ ਵਿਆਖਿਆ ਆਪਣੇ ਫਾਇਦੇ ਲਈ ਜਾਂ ਕਿਸੇ ਮੰਤਰੀਆਂ ਨੂੰ ਖੁਸ਼ ਕਰਨ ਦੀ ਲਈ ਦੇ ਲਈ ਕਿਰਪਾ ਕਰਕੇ ਨਾ ਕਰਿਆ ਕਰੀਏ ਇਹ ਖਾਸ ਤੌਰ ਤੇ ਬੇਨਤੀ ਆ ਸਾਡਾ ਸਭ ਤੋਂ ਵੱਡਾ ਅਫਸਰ ਸਾਡਾ ਸਭ ਤੋਂ ਵੱਡਾ ਮੰਤਰੀ ਚਾਰਾਂ ਜਹਾਨਾਂ ਦਾ ਮਾਲਕ ਜਿੰਨੇ ਸਾਨੂੰ ਜਹਾਜ਼ ਤੋਂ ਸਮੁੰਦਰਾਂ ਤੋਂ ਪਾਰ ਲੰਘਾਉਣਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਹਾਜ਼ਰ ਨਾਜ਼ਰ ਦਰਤਾਰ ਪਿਤਾ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾ ਹੋਰ ਜਿਹੜਾ ਮਰਜੀ ਦੇਹ ਤਾਰੀ ਗੁਰੂ ਆ ਚਾਹੇ ਉਹ ਡੇਰੇ ਆ ਕੁਛ ਵੀ ਆ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਜਿੱਥੇ ਮਰਜੀ ਤੁਸੀਂ ਪਟਕ ਲੋ ਜਿੱਥੇ ਮਰਜੀ ਤੁਸੀਂ ਚੌਂਕੀਆਂ ਭਰ ਲੋ ਜਿੱਥੇ ਮਰਜੀ ਧਾਗੇ ਤਵੀਤ ਕਰ ਲੋ ਜਿੰਨੇ ਮਰਜੀ ਚੌਂਕੀਆਂ ਨੱਕ ਗੋਡੇ ਰਗੜ ਲੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਤੁਹਾਡੀ ਕਿਸੇ ਨੇ ਵੀ ਕਿਸੇ ਗੁਰੂ ਨੇ ਸਾਰ ਨਹੀਂ ਜੇ ਲੈਣੀ ਜੇ ਤੁਹਾਡੀ ਸਾਰ ਲੈਣੀ ਆ ਸਾਖਸ਼ਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਲੈਣੀ ਆ ਕਿਉਂਕਿ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲੇ ਸੰਗ ਹਮਕੋ ਬਣਿਆਈ ਕਿਉਂਕਿ ਮਹਾਰਾਜ ਜਿਹੜਾ ਗੁਰੂ ਕਹਿ ਰਿਹਾ ਤੇ ਨਾ ਕੋਈ ਮੇਰਾ ਵੈਰੀ ਆ ਤੇ ਨਾ ਕੋਈ ਮੇਰਾ ਬੇਗਾਨਾ ਆ ਤੇ ਸਾਰੇ ਮੇਰੇ ਆਪਣੇ ਆ ਮੰਦਾ ਕਿਸ ਨੂੰ ਆਖੀਏ ਜਤ ਇਸ ਬਿਨ ਕੋਈ ਨਾ ਹੈ ਛੇਤੀ ਦੇ ਨਾਲ ਤੁਮ ਤਾਂ ਲੋ ਦਿੰਦੇ ਹਰ ਇੱਕ ਦੇ ਵਿੱਚ ਤੇ ਉਹਦਾ ਸਰੂਪ ਆ ਹਰ ਇੱਕ ਦੇ ਵਿੱਚ ਉਹਦੀ ਜੋਤ ਆ ਸਾਰਿਆਂ ਦਾ ਆਦਰ ਸਨਮਾਨ ਨੌਜਵਾਨਾਂ ਦੇ ਵਿੱਚ ਪਿਆਰ ਹੋਣਾ ਬੜਾ ਜ਼ਰੂਰੀ ਆ ਬੇਣਤੀ ਆ ਨੌਜਵਾਨ ਭਰਾਵਾਂ ਨੂੰ ਖੰਡੇ ਪਾਟੇ ਦੀ ਪੌਲ ਜੇ ਤੁਸੀਂ ਜਿਨ੍ਹਾਂ ਨੇ ਸ਼ਾਮਲ ਹੀ ਉਹਨਾਂ ਦਾ ਤੇ ਬਹੁਤ ਧੰਨਵਾਦ ਵੱਡਿਆ ਭਾਗਾ ਵਾਲਿਆਂ ਨੇ ਕਿਉਂਕਿ ਇਹ ਖੰਡੇ ਪਾਟੇ ਦੀ ਬੋਲ ਕਰਮਾ ਭਾਗਾ ਦੇ ਨਾਲ ਮਿਲਦੀ ਆ ਤੇ ਜਿਨ੍ਹਾਂ ਨੇ ਨਹੀਂ ਸਕੀ ਉਹ ਕਿਰਪਾ ਕਰਕੇ ਜੇ ਪੰਜ ਬਾਣੀਆਂ ਨੇਥ ਨਹੀਂ ਤੇ ਘਟੋ ਘਟ ਇੱਕ ਜਪਜੀ ਸਾਹਿਬ ਦਾ ਪਾਠ ਅਮਰਤ ਵੇਲੇ ਜਾਂ ਜਦੋਂ ਸਮਾਂ ਕੱਢ ਕੇ 15 20 ਮਿੰਟ ਦਾ ਤੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰਿਏ ਹਾਜ਼ਰੀ ਭਰਿਆ ਕਰਿਏ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਇਆ ਕਰਿਏ ਫੇਰ ਹੀ ਕਿਤੇ ਸਾਡਾ ਕਿਤੇ ਜੀਵਨ ਦੇ ਵਿੱਚ ਆਉਣਾ ਕਿਤੇ ਸਫਲਾ ਹੋ ਜਾਏਗਾ ਤੇ ਨਹੀਂ ਤਾਂ ਫਿਰੇ ਜੀਵਨ ਦੇ ਵਿੱਚੋ ਕੁਝ ਨਹੀਂ ਖਟ ਕੇ ਗਿਆ ਜਿਵੇਂ ਆਇਆ ਤੇ ਤੇਵੇਂ ਆ ਗਿਆ ਮਹਾਰਾਜ ਕਹਿੰਦੇ ਸੁੰਨੇ ਕਰਕਾ ਪਹੁਣਾ ਜਿਉਂ ਆਇਆ ਤਿਉਂ ਜਾਇਆ ਸਤਗੁਰ ਬਾਜੋ ਗੁਰਨੇ ਹੀ ਕੋਈ ਨਿਗਰੇ ਕਹੈ ਨਾ ਬੁਰਾ ਨਿਗਰੇ ਕਹੈ ਨਾ ਬੁਰਾ ਇੰਨਿਆਕ ਵਿਚਾਰਾ ਕਰਦਿਆਂ ਹੋਇਆ ਕਿਸੇ ਦੀ ਸ਼ਾਨ ਦੇ ਖਿਲਾਫ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਅੰਤ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹੋ ਨੌਜਵਾਨ ਏਕਤਾ ਦਾ ਪੂਰਾ ਹੋਕਾ ਦਿੰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੋ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਆਗੂ ਉਹ ਆ ਜਿੰਨੂੰ ਆਪਾਂ ਬੜੇ ਚਿਰ ਦਾ ਲੱਭ ਰਹੇ ਆ ਤੇ ਪ੍ਰਾਉ ਮੋਢੇ ਨਾਲ ਮੋਢਾ ਚਲਾ ਕੇ ਭਾਈ ਸਾਹਿਬ ਦਾ ਸਾਥ ਦੋ ਫੇਰ ਜਾ ਕੇ ਕਿਤੇ ਅਗਲੀਆਂ ਲੜਾਈਆਂ ਲੜੀ ਜਣੀਆਂ ਬੇਅੰਤ ਭੁੱਲਾਂ ਖਿਮਾ ਦੀ ਮਾਫੀ ਬਖਸ਼ਿ ਕਣੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਭ ਰੱਬ ਵਰਗੀਆਂ ਰੂਹਾਂ ਬਖਸ਼ਿ ਜੋਗੇ ਦਰਸ਼ਨ ਦਿਦਾਰੇ ਕਰਦੇ ਫਿਰਦੇ ਆ ਗੱਜ ਕੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ